ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਆਪਰੇਸ਼ਨ ਨੀਲਾ ਤਾਰਾ, ਸਦੀਆਂ ਤੱਕ ਭੁਲਾਇਆ ਨਾ ਜਾ ਸਕਣ ਵਾਲਾ ਘੱਲੂਘਾਰਾ। ਇਹ ਘੱਲੂਘਾਰਾ ਉਦੋਂ ਹੋਇਆ ਜਦੋਂ ਲਾਹੌਰ ਦੇ ਗਵਰਨਰ ਨੇ ਕਾਨੂੰਵਾਲ ਖੇਤਰ ਦੇ ਵਿੱਚ ਸਿੱਖਾਂ ਦੇ ਸਿਰਾਂ ਦਾ ਕਤਲੇਆਮ ਕੀਤਾ। ਦੂਜਾ ਘੱਲੂਘਾਰਾ ਉਦੋਂ ਹੋਇਆ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਕੁਪਰ ਹੀੜਾ ਦੇ ਨੇੜੇ ਹਜ਼ਾਰਾਂ ਬੇਕਸੂਰ ਨਹੱਕੇ ਸਿੰਘਾਂ ਅਤੇ ਸਿੰਘਣੀਆਂ ਦਾ ਕਤਲੇਆਮ ਕੀਤਾ। ਠੀਕ 222 ਸਾਲ ਬਾਅਦ ਤੀਜਾ ਘੱਲੂਘਾਰਾ ਭਾਰਤੀ ਫੌਜ ਨੇ ਇਨਸਾਨੀ ਦਾ ਸੁਨੇਹਾ ਦੇਣ ਵਾਲੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਕੇ ਕੀਤਾ। ਬੇਸ਼ੱਕ 31 ਸਾਲ ਬੀਤ ਗਏ ਨੇ, ਪਰ ਸਿੱਖ 31 ਸਦੀਆਂ ਤੱਕ ਵੀ ਇਸ ਘੱਲੂਘਾਰੇ ਨੂੰ ਭੁਲਾ ਨਹੀਂ ਸਕਦੇ। ਗਲੋਬਲ ਪੰਜਾਬ ਟੀਵੀ ਨੇ ਬਹਿਸ ਦੇ ਰੂਪ ਦੇ ਵਿੱਚ ਇਸ ਘੱਲੂਘਾਰੇ ਬਾਰੇ ਇੱਕ ਹਫ਼ਤਾ ਜਿਹੜਾ ਹੈਗਾ ਬਹਿਸ ਦਾ ਪ੍ਰੋਗਰਾਮ ਲਿਖਿਆ। ਅੱਜ ਸਾਡੇ ਨਾਲ ਜਿਹੜੇ ਵਿਸ਼ੇਸ਼ ਮਹਿਮਾਨ ਪੈਨਲ ਦੇ ਵਿੱਚ ਹਾਜ਼ਰ ਨੇ, ਡਾਕਟਰ ਭਗਵਾਨ ਸਿੰਘ ਜਿਹੜੇ ਸੰਤ ਜਰਨੈਲ ਸਿੰਘ ਪਿੰਡਰਾਂਵਾਲਾ ਦੇ ਨਜ਼ਦੀਕੀ ਸਾਥੀ ਰਹੇ ਹੈ। ਔਰ ਮੈਂ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਦੇ ਮਾਹੌਲ 'ਚੋਂ ਇਹ ਨਿਕਲ ਕੇ ਆਏ ਹੈ, ਇਹ ਕ੍ਰਿਸ਼ਮਾ ਹੀ ਹੈ ਕਿ ਅੱਜ ਦਰਸ਼ਕਾਂ ਦੇ ਰੂਬਰੂ ਨੇ। ਦੂਜੇ ਸਾਡੇ ਨਾਲ ਸਾ ਗੁਰਤੇਜ ਸਿੰਘ IAS, ਜਿਨ੍ਹਾਂ ਦਾ ਉਸ ਦੌਰ ਦੇ ਵਿੱਚ ਜਿਹੜਾ ਹੈਗਾ ਡਟ ਕੇ ਸਟੈਂਡ ਲੈਣਾ ਔਰ ਅਸਤੀਫਾ ਦੇਣਾ, ਉਸ ਤੋਂ ਬਾਅਦ ਇਹਨਾਂ ਨੇ ਸਾਰੇ ਸੰਤਾਪ ਨੂੰ ਆਪਣੇ ਪਿੰਡੇ 'ਤੇ ਹੰਡਾਇਆ। ਤੀਜੇ ਸਾਡੇ ਨਾਲ ਜਿਹੜੇ ਖਾਸ ਮਹਿਮਾਨ ਸੀਨੀਅਰ ਪੱਤਰਕਾਰ ਸਰਬੀਤ ਪੰਦੇ, ਜਿਨ੍ਹਾਂ ਨੇ ਅੰਮ੍ਰਿਤਸਰ 'ਚ ਉਸ ਵੇਲੇ ਪੱਤਰਕਾਰੀ ਕੀਤੀ ਜਦੋਂ ਸੂਰਜ ਡੁੱਬਣ ਤੋਂ ਪਹਿਲਾਂ ਹੀ ਜ਼ਿੰਦਗੀ ਜਿਹੜੀ ਹੈਗੀ ਹੈ ਉਸ ਰਾਹ ਰੋਕ ਕੇ ਖੜ੍ਹ ਜਾਂਦੀ ਸੀ। ਇਹਨਾਂ ਸਾਰੇ ਮੁੱਦਿਆਂ 'ਤੇ ਚਰਚਾ ਕਰਨ ਦੇ ਲਈ ਮੈਂ ਆਪਣੇ ਤਿੰਨਾਂ ਮਹਿਮਾਨਾਂ ਨੂੰ ਜੀ ਆ ਆਖਦਾ। ਡਾਕਟਰ ਸਾਹਿਬ, ਮੈਂ ਗੱਲਬਾਤ ਦਾ ਸਿਲਸਿਲਾ ਤੁਹਾਡੇ ਨਾਲ ਸ਼ੁਰੂ ਕਰਦਾ। ਠੀਕ ਆ, 1 ਜੂਨ ਹੈ, 1 ਜੂਨ ਦੇ ਦਿਨ ਹੀ ਜਿਹੜਾ ਹੈਗਾ ਕਿਹਾ ਜਾਂਦਾ ਕਿ CRP ਅਤੇ BSF ਨੇ ਦਰਬਾਰ ਸਾਹਿਬ ਕੰਪਲੈਕਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ। ਉਸ ਵੇਲੇ ਕੈਂਪਸ ਦੇ ਅੰਦਰ ਕਿਹੋ ਜਿਹਾ ਮਾਹੌਲ ਸੀ? ਚਰਨਜੀਤ ਤਲਵੰਡੀ ਮੇਰੇ ਨਾਲ ਸੀ ਅਤੇ ਚਰਨਜੀਤ ਤਲਵੰਡੀ ਬਾਹਰ ਖਿੜਕੀ 'ਚ ਉਹਨਾਂ ਥੱਲਿਓਂ ਕੁਛ ਮੰਗਵਾਉਣ ਦੀ ਕੋਸ਼ਿਸ਼ ਕਰ ਲਿਆ। ਥੱਲੇ ਦੁਕਾਨਾਂ ਸੀ ਅਤੇ CRP ਦੀ ਗੋਲੀ ਸੀ ਜਿਹੜੀ ਉਹ ਸਿੱਧੀ ਉਹਦੇ ਵੱਲ ਆਈ ਅਤੇ ਉਹ ਥੋੜ੍ਹੇ 2 ਇੰਚ ਥੱਲੇ ਮਤਲਬ ਉਹ ਸੀਮਿੰਟ ਦੇ ਵਿੱਚ ਵੱਜੀ। ਜੀ ਜੀ। ਅਤੇ ਉਹਨੇ ਮੈਨੂੰ ਵਾਰਨਿੰਗ ਦੇ ਦਿੱਤੀ ਵੀ ਡਾਕਟਰ ਸਾਹਿਬ ਅੱਗੇ ਨਾ ਆਇਓ, CRP ਗੋਲੀਆਂ ਚਲਾ ਰਹੀ ਹੈ ਅਤੇ ਤੁਸੀਂ ਇੱਧਰ ਨਾ ਆਇਓ। ਉਸ ਤੋਂ ਬਾਅਦ ਮੈਂ ਥੱਲੇ ਗਿਆ ਅਤੇ ਥੱਲੇ ਮੇਰੇ ਨਾਲ ਜਨਰਲ ਸ਼ਵੇਕ ਸਿੰਘ ਮਿਲ ਗਏ ਮੈਨੂੰ। ਇਹ ਮੇਰੇ ਖਿਆਲ ਉਸ ਤੋਂ ਕਾਫੀ 12-1 ਵਜੇ ਤੋਂ ਬਾਅਦ ਦੀ ਗੱਲ ਹੋਣੀ ਜਦੋਂ ਜਨਰਲ ਸਾਹਿਬ ਮਿਲੇ ਮੈਨੂੰ। ਜਨਰਲ ਸਾਹਿਬ ਨੇ ਮੈਨੂੰ ਨਾਲ ਲੈ ਲਿਆ ਅਤੇ ਅਸੀਂ ਥੱਲੇ ਚਲੇ ਗਏ। ਥੱਲੇ ਡਿਸਪੈਂਸਰੀ ਸੀ ਨਾਲ ਹੀ ਜੀ, ਅਤੇ ਉਹ ਡਿਸਪੈਂਸਰੀ ਦੇ ਵਿੱਚ ਉਹਨਾਂ ਮਤਲਬ ਪਸੀਨਾ ਇੰਨਾ ਸੀ, ਜਿਹੜੇ ਵੁੰਡਿਡ ਸਨ ਜਾਂ ਜਿਹੜੇ ਜਿਹਨਾਂ ਦੀ ਡੈਥ ਹੋ ਚੁੱਕੀ ਸੀ 2-4 ਬੰਦਿਆਂ ਦੀ, ਉਹ ਵੀ ਉੱਥੇ ਸਨ ਅਤੇ ਉਹ ਪਸੀਨੇ ਦੇ ਨਾਲ ਨਾ ਇਸ ਤਰ੍ਹਾਂ ਦਾ ਉੱਥੋਂ ਮਤਲਬ ਹਵਾੜ ਆ ਰਹੀ ਸੀ ਜਿਸ ਤਰ੍ਹਾਂ ਮੀਟ ਮਾਰਕੀਟ 'ਚ ਆਉਂਦੀ ਹੁੰਦੀ ਹੈ। 8-10 ਮਤਲਬ ਉੱਥੇ ਬੰਦੇ ਪਏ ਸੀ ਜਿਹੜੇ ਮਰੇ ਹੋਏ ਸਨ ਅਤੇ ਕੁਛ ਵੁੰਡਿਡ ਸਨ। ਉਹ ਅਸੀਂ ਜਦੋਂ ਸ਼ਾਮ ਨੂੰ ਮਤਲਬ ਦਰਬਾਰ ਸਾਹਿਬ ਗਏ ਅਤੇ ਦਰਬਾਰ ਸਾਹਿਬ ਦੇ ਵਿੱਚ ਵੀ ਮਤਲਬ ਘੱਟ ਤੋਂ ਘੱਟ 25-30 ਨਿਸ਼ਾਨ ਗੋਲੀਆਂ ਦੇ ਦਰਬਾਰ ਸਾਹਿਬ 'ਚ ਵੀ ਮਤਲਬ ਲੱਗੇ ਹੋਏ ਤਾਂ ਵੀ ਉਹਨਾਂ ਨੂੰ। ਇਸ ਤੋਂ ਪਹਿਲਾਂ ਕਿ ਬਹਿਸ ਦੀ ਗੱਲ ਅੱਗੇ ਚਲਾਵਾਂ, ਅਕਸਰ ਇਹ ਕਈ ਵਾਰ ਕੋਈ ਦੂਜੀਆਂ ਧਿਰਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਅੰਦਰ ਜਿਹੜੇ ਮਿਲੀਟੈਂਟ ਜਾਂ ਖਾੜਕੂ ਧੜੇ ਸੀ ਉਹਨਾਂ ਵੱਲੋਂ ਬਾਹਰ ਗੋਲੀਆਂ ਚਲਾਈਆਂ ਗਈਆਂ ਅਤੇ ਤਦ ਜਿਹੜਾ ਹੈਗਾ ਬਾਹਰੋਂ BSP ਅਤੇ CRP ਨੇ ਸ਼ੁਰੂ। ਬਿਲਕੁਲ ਗਲਤ ਹੈ ਜੀ, ਅੰਦਰੋਂ ਕਿਸੇ ਨੇ ਗੋਲੀ ਨਹੀਂ ਚਲਾਈ। ਵੈਸੇ ਤਾਂ ਉਹਨੂੰ ਮਾਹੌਲ ਇਹੋ ਜਿਹਾ ਸੀ ਵੀ ਰੋਜ਼ ਹੀ ਗੋਲੀਆਂ ਚੱਲਦੀਆਂ ਜੀ ਜੀ, ਪਰ 1 ਤਰੀਕ ਨੂੰ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲੀਆਂ ਲਗਾਤਾਰ ਜੀ। ਵੈਸੇ ਪਰ ਰੈਂਡਮ ਚੱਲਦੀਆਂ ਰਹਿੰਦੀਆਂ ਸੀ, 2-4 ਦਿਨ ਗੋਲੀਬਾਰੀ ਜਿਹੜੀ ਕਿਸੇ ਨੇ ਮਤਲਬ ਰਿਪਲਾਈ ਦੇ ਵਿੱਚ ਉਹਨਾਂ ਦੇ ਮਤਲਬ ਗੋਲੀ ਨਹੀਂ ਚਲਾਈ। ਓਕੇ ਓਕੇ, ਬਿਲਕੁਲ ਗਲਤ। ਸਰ ਗੁਰਤੇਜ ਸਿੰਘ ਜੀ, ਜਿਹੜਾ ਉਸ ਵੇਲੇ ਮਾਹੌਲ ਸੀ ਜਿਸ ਤਰ੍ਹਾਂ ਡਾਕਟਰ ਸਾਹਿਬ ਦਾ ਕਹਿਣਾ ਕਿ ਵੀ ਬਾਹਰੋਂ ਗੋਲੀਆਂ ਚਲਾਈਆਂ ਗਈਆਂ, ਤੁਸੀਂ ਸਾਰੀ ਸਿਚੁਏਸ਼ਨ ਨੂੰ ਬੜਾ ਨੇੜੇ ਤੋਂ ਸਾਰਾ ਦੇਖਿਆ ਹੈਗਾ, ਕਿਸ ਤਰ੍ਹਾਂ ਲੱਗਦਾ ਕਿ ਉਸ ਮਾਹੌਲ 'ਚ ਸਾਰਾ ਕੁਝ ਗੱਲ ਕਿਉਂ ਡਿਵੈਲਪ ਕਰਕੇ ਗਈ ਇਸ ਪਾਸੇ ਵੱਲ? ਗੱਲ ਇਹ ਹੈਗੀ ਕਿ ਸੰਤ ਜਰਨੈਲ ਸਿੰਘ ਇੱਕ ਕੌਮ ਦੇ ਸਹੀ ਅਤੇ ਵਧੀਆ ਲੀਡਰ ਸਨ ਜੀ। ਉਹਨਾਂ ਨੇ ਸਾਰੀ ਅਕਾਲੀ ਲੀਡਰਸ਼ਿਪ ਨੂੰ ਬਿਲਕੁਲ ਨਕਾਰਾ ਕਰ ਦਿੱਤਾ ਸੀ ਜੀ, ਔਰ ਲੋਕਾਂ ਨੇ ਰਿਜੈਕਟ ਕਰ ਦਿੱਤਾ ਸੀ। ਅਕਾਲੀ ਲੀਡਰਸ਼ਿਪ ਨੂੰ ਦੁਬਾਰਾ ਸਥਾਪਿਤ ਕਰਨਾ ਸੀ ਜੀ ਜੀ, ਔਰ ਜੋ ਸਿੱਖੀ ਦੇ ਉੱਤੇ ਹਮਲੇ ਹੋ ਰਹੇ ਸਨ, ਸੰਤ ਕਰਤਾਰ ਸਿੰਘ ਇਹਨਾਂ ਤੋਂ ਪਹਿਲਾਂ 35-36 ਜਲੂਸ ਕੱਢ ਕੇ ਉਹਨਾਂ ਨੂੰ ਅਪੋਜ਼ ਕਰ ਚੁੱਕੇ ਸਨ ਨਿਰੰਕਾਰੀਆਂ ਨੂੰ ਜੀ ਜੀ। ਸੰਤ ਜਰਨੈਲ ਸਿੰਘ ਵੀ ਨਿਰੰਕਾਰੀਆਂ ਨੂੰ ਅਪੋਜ਼ ਕਰ ਰਹੇ ਸਨ ਜਿਨ੍ਹਾਂ ਨੂੰ ਸਰਕਾਰ ਦੀ ਸ਼ਹਿ ਸੀ ਜੀ। ਤਾਂ ਇਹ 2 ਕਾਰਨ ਸਨ ਵੱਡੇ ਕਿ ਜਿਹੜੀ ਪਲਾਇਬਲ ਲੀਡਰਸ਼ਿਪ ਹੈ, ਜਿਸ ਤਰ੍ਹਾਂ ਸੰਤ ਫਤਿਹ ਸਿੰਘ ਨੂੰ ਲਿਆਂਦਾ ਗਿਆ ਮਾਸਟਰ ਤਾਰਾ ਸਿੰਘ ਤੋਂ ਬਾਅਦ, ਇਸੇ ਤਰ੍ਹਾਂ ਹੀ ਇਹੋ ਜਿਹੀ ਲੀਡਰਸ਼ਿਪ ਇਸ ਵੇਲੇ ਲਿਆਂਦੀ ਜਾਵੇ। ਕਿਉਂਕਿ ਜਿਸ ਵੇਲੇ ਇਹਨਾਂ ਦਾ ਸਮਾਗਮ ਹੋ ਰਿਹਾ ਸੀ
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜੀ, ਅਤੇ ਤਕਰੀਬਨ ਸਾਰੇ ਦਾ ਸਾਰਾ ਅਕਾਲੀ ਦਲ ਡਿਫੈਕਟ ਕਰਕੇ ਸੰਤ ਜਰਨੈਲ ਸਿੰਘ ਦੇ ਖੇਮੇ 'ਚ ਆ ਗਿਆ ਸੀ। ਸੋ ਉਹਨਾਂ ਨੇ ਸੰਤ ਜਰਨੈਲ ਸਿੰਘ ਨੂੰ ਖਤਮ ਕਰਨ ਵਾਸਤੇ, ਸਿੱਖੀ ਦੇ ਉੱਤੇ ਖਾਸ ਤੌਰ ਦੇ ਉੱਤੇ ਹਮਲਾ ਕਰਨ ਵਾਸਤੇ, ਕਿਉਂਕਿ ਦੇਖੋ ਕਈ ਲੋਕ ਕਹਿੰਦੇ ਜੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਤਾਂ ਹੋਇਆ ਸੰਤ ਜਰਨੈਲ ਸਿੰਘ ਉੱਥੇ ਬੈਠੇ ਸੀ ਜੀ ਜੀ, ਲੇਕਿਨ 45 ਗੁਰਦੁਆਰਿਆਂ 'ਤੇ ਹੋਰ ਹਮਲਾ ਹੋਇਆ, ਹਰ ਜਗ੍ਹਾ ਦਾ ਸੰਤ ਜਰਨੈਲ ਸਿੰਘ ਬੈਠੇ ਨਹੀਂ ਸਨ ਜੀ ਜੀ, ਫਿਰ ਕਤਲੇਆਮ ਹੋਇਆ ਹਰ ਜਗ੍ਹਾ ਦੇ ਉੱਤੇ। ਸੋ ਇਹ ਜਿਹੜੀਆਂ ਦੋ ਗੱਲਾਂ ਸਨ, ਔਰ ਤੀਸਰਾ ਜਿਹੜਾ ਉਹ ਫਾਇਦਾ ਉਠਾਉਣਾ ਚਾਹੁੰਦੀ ਸੀ ਬੀਬੀ ਇੰਦਰਾ ਗਾਂਧੀ ਜੀ, ਉਸ ਦਾ ਆਪਣਾ ਪਰਿਵਾਰ ਦਾ ਜਿਹੜਾ ਪਕੜ ਢਿੱਲੀ ਪੈ ਰਹੀ ਸੀ, ਔਰ ਉਹ ਚਾਹੁੰਦੀ ਸੀ ਕਿ ਮੈਂ ਐਸਾ ਕੋਈ ਕਾਰਨਾਮਾ ਕਰਾਂ ਕਿ ਜਿਹਦੇ ਨਾਲ ਇਹ ਹਿੰਦੂ ਸਮਝਣ ਕਿ ਇਹ ਸਾਰਿਆਂ ਤੋਂ ਵੱਡੀ ਹਿੰਦੂ ਦੁਰਗਾ ਹੈ। ਨੇਤਾ ਦੇ ਤੌਰ ਤੇ ਉੱਪਰ ਬਾਅਦ ਦੇ ਵਿੱਚ ਉਹੀ ਹੋਇਆ ਜੀ ਜੀ ਜੀ। ਸਰ ਜੀ, ਅਤੇ ਬੀਂਗ ਏ ਜਰਨਲਿਸਟ ਜਿਹੜਾ ਹੈਗਾ, ਬੇਸ਼ੱਕ ਤੁਸੀਂ ਥੋੜ੍ਹਾ ਪਛੜ ਕੇ ਬਾਅਦ ਦੇ ਵਿੱਚ ਉੱਥੇ ਗਏ, ਪਰ ਕਿਉਂਕਿ ਉਸ ਦੌਰ ਦੇ ਸਾਰੇ ਲੋਕਾਂ ਨੂੰ ਮਿਲਦੇ ਰਹੇ ਹੋ, ਦੇਖਦੇ ਰਹੇ ਹੋ, ਮਾਹੌਲ ਦੇਖਿਆ ਜਿਹੜਾ ਹੈਗਾ, ਉਹ ਸਾਰਾ ਕੁਝ ਵਾਪਰਿਆ ਜਿਹੜਾ ਹੈਗਾ, ਤੁਸੀਂ ਉਹਨੂੰ ਕਿਸ ਤਰ੍ਹਾਂ ਮਹਿਸੂਸ ਕੀਤਾ? ਮੇਰਾ ਥੋੜ੍ਹਾ ਜਿਹਾ ਜਿਹੜੀ ਗੱਲ ਸਰਦਾਰ ਗੁਰਤੇਜ ਸਿੰਘ ਗੱਲ ਕਰ ਰਿਹਾ, ਮੈਂ ਉਹ ਉਸੇ ਨੂੰ ਅੱਗੇ ਕਰਦਾ ਹੋਇਆ, ਉਹ ਇਹ ਹੈ ਕਿ ਜੋ ਜੂਨ 84 ਦਾ ਜਿਹੜਾ ਫੌਜ ਦਾ ਹਮਲਾ ਦਰਬਾਰ ਸਾਹਿਬ 'ਤੇ ਹੋਇਆ ਜੀ, ਉਹ ਇੱਕ ਕੜੀ ਸੀ ਜਿਹੜੀ ਹਿੰਦੁਸਤਾਨੀ ਰੂਲਿੰਗ ਅਲੀਟ ਜਿਹੜੀ ਹੈ ਉਹਦਾ ਇੱਕ ਡੈਡਲੀ ਪੋਲੀਟਿਕਸ ਜਿਹੜੀ ਉਹਨੇ ਸਾਰੇ ਦੇਸ਼ 'ਚ ਅਨਲੀਸ਼ ਕੀਤੀ, ਔਰ ਉਹ ਅੱਜ ਨਜ਼ਰ ਵੀ ਆ ਰਹੀ, ਔਰ ਉਸ ਰੂਲਿੰਗ ਅਲੀਟ ਨੇ ਜਿਹੜੇ ਹੈਗੇ ਆ ਮਜੋਰਟੀਜ਼ਮ ਦੇ ਵਿੱਚ ਨੂੰ ਫਰਦਰ ਕਰਨ ਵਾਸਤੇ ਉਹ ਉਸ ਵੇਲੇ ਜਿਸ ਤਰ੍ਹਾਂ ਗੱਲ ਕੀਤੀ ਬਈ ਮਾਈਨੋਰਿਟੀ ਔਰ ਜਿਹੜੀ ਡਾਈਸੈਂਟਿੰਗ ਵੋਇਸ ਜਿਹੜੀ ਉਸ ਨੂੰ ਦਬਾਉਣ ਵਾਸਤੇ ਕਿਸ ਤਰ੍ਹਾਂ ਕਿਹੜੇ ਹਥਕੰਡੇ ਯੂਜ਼ ਕੀਤੇ ਜਾ ਸਕਦੇ ਆ। ਦੇਸ਼ ਦੇ ਵਿੱਚ ਜਿਹੜਾ ਇਹ ਸੀਗਾ ਪਹਿਲੀ ਵਾਰ ਜਿਹੜਾ ਸੀ, ਤੁਸੀਂ ਜਿਹੜਾ ਨੌਰਥ ਈਸਟ ਨੂੰ ਛੱਡ ਕੇ ਜਾਂ ਕਿਤੇ ਕਸ਼ਮੀਰ ਦੇ ਕੁਛ ਹਿੱਸੇ ਨੂੰ ਛੱਡ ਕੇ ਜਿਹੜੀ ਫੌਜ ਜਿਹੜੀ ਹੈ ਉਹ ਸਿਵਿਲੀਅਨਸ ਦੇ ਉੱਤੇ ਇੰਨੀ ਬੁਰੀ ਤਰ੍ਹਾਂ ਯੂਜ਼ ਕੀਤੀ ਜਾਵੇ, ਇੱਕ ਰਿਲੀਜੀਅਸ ਇੱਕ ਸਾਈਟ ਦੇ ਉੱਤੇ ਯੂਜ਼ ਕੀਤੀ ਜਾਵੇ, ਪਹਿਲਾ ਮੌਕਾ ਸੀ। ਔਰ ਜਿਹੜਾ ਸੀਗਾ ਅੰਮ੍ਰਿਤਸਰ ਔਰ ਖਾਸ ਤੌਰ 'ਤੇ ਔਰ ਪੰਜਾਬ ਜਿਹੜਾ ਆਮ ਤੌਰ 'ਤੇ ਇੱਕ ਲੈਬੋਰਟਰੀ ਦੀ ਤਰ੍ਹਾਂ ਯੂਜ਼ ਕੀਤਾ ਗਿਆ ਉਸ ਦਿਨ ਦੇ ਵਿੱਚ, ਜਿਹੜੀ ਉਹ ਡੈਡਲੀ ਫਾਰਮ ਆਫ ਪੋਲੀਟਿਕਸ ਸੀਗੀ ਜਿਹਦੇ ਵਿੱਚ ਜਿਹਦਾ ਅੱਜ ਹੁਣ ਵਾਰ ਔਨ ਟੈਰਰ ਵੀ ਬਣਾਉਂਦੇ ਨੇ ਜੀ ਜੀ, ਸਾਰੇ ਦਾ ਸਾਰਾ ਉਹ ਕਿਸ ਤਰ੍ਹਾਂ ਤੁਸੀਂ ਕਿਸੇ ਨੂੰ ਏਲੀਅਨੇਟ ਕਰਕੇ ਦੂਜੇ ਨੂੰ ਨਾਲ ਲਾਇਆ ਜਾ ਸਕਦਾ, ਔਰ ਉਹਦੇ ਬਹੁਤ ਜਿਹੜੀ ਹੈਗੀ ਹੈ ਹਿੰਦੁਸਤਾਨ ਦੀ ਟੋਟਲ ਸਿਆਸਤ ਦੇ ਉੱਤੇ ਉਹਦੇ ਮਾੜੇ ਨਤੀਜੇ ਵੀ ਨਿਕਲੇ ਜੀ ਜੀ, ਪੋਲੀਟਿਕਸ ਜਿਹੜੀ ਹੈਗੀ ਹੈ ਟੋਟਲੀ ਡਿਸਟੋਰਟ ਹੋਈ ਉਸ ਤੋਂ ਬਾਅਦ। ਪਨੀਰ ਸਰ, ਜਿਹੜੀ ਆਪਾਂ ਗੱਲ ਕਰ ਰਹੇ ਹਾਂ ਜਿਹਦਾ ਸਾਰਾ ਜੋ ਉੱਭਰ ਕੇ ਆ ਰਹੀ ਹੈ ਗੱਲ, ਉਹਦੇ 'ਚ ਇਹ ਵੀ ਲੱਗਦਾ ਕਿ ਸਾਰਾ ਕੁਝ ਜਿਹੜਾ ਇਹ ਹਮਲਾ ਹੋਇਆ ਬਿਲਕੁਲ ਸੋਚੀ ਸਮਝੀ ਇੱਕ ਜਿਵੇਂ ਕੌਨਸਪਿਰੇਸੀ ਆ ਉਹਦਾ ਹਿੱਸਾ ਸੀ, ਸਾਜ਼ਿਸ਼ ਸੀ। ਦੋ ਚੀਜ਼ਾਂ ਨਜ਼ਰ ਆਉਂਦੀਆਂ ਨੇ ਇਹਦੇ ਵਿੱਚ, ਇੱਕ ਤਾਂ ਜਿਹੜਾ ਹਮਲਾ ਜਿਹੜਾ ਹੈਗਾ ਉਹ ਤਾਂ ਤੁਹਾਨੂੰ ਲੱਗਦਾ ਵੀ ਉਹਦੇ ਪਿੱਛੇ ਬਹੁਤ ਵੱਡੀ ਸੋਚ ਹੋਊਗੀ, ਉਹ ਨਜ਼ਰ ਨਹੀਂ ਆਈ। ਜਿਹੜਾ ਸੋਚਿਆ ਇਹ ਜਾਂਦਾ ਸੀ ਕਿ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਜਾਂ ਉਹਨਾਂ ਦੀ ਜਿੰਨੀ ਜਿਹੜੀ ਲਾਈਨ ਆਫ ਕਮਾਂਡ ਹੈਗੀ ਆ ਉਹਨੂੰ ਅਸੀਂ ਨਿਊਟਰਲਾਈਜ਼ ਕਰਕੇ ਅਤੇ ਇਸ ਮੂਵਮੈਂਟ ਨੂੰ ਜਿਹੜੀ ਵਾਇਲੈਂਸ ਮੂਵਮੈਂਟ ਹੈ ਉਹਨੂੰ ਅਸੀਂ ਖਤਮ ਕਰ ਦਿਆਂਗੇ ਜੀ, ਉਹਦਾ ਫੇਲ ਹੋ ਗਈ ਕਿਉਂਕਿ ਉਹ ਜਿਹੜੀ ਸੈਂਟਰਲ ਕਮਾਂਡ ਸੀ ਉਹ ਖਤਮ ਹੋ ਗਈ। ਉਸ ਤੋਂ ਬਾਅਦ 'ਚੋਂ ਜਿਹੜਾ ਪੰਜਾਬ ਦੇ ਵਿੱਚ ਸੀਗਾ ਜੋ ਕੁਝ ਵਾਪਰਿਆ ਉਹ ਟੋਟਲੀ ਖਿਲ ਰਿਹਾ ਹੋਇਆ ਸੀ, ਔਰ ਜਿਹੜੀ ਸੀ ਵਾਇਲੈਂਸ ਦੀ ਜਿਹੜੀ ਲੈਵਲ ਸੀਗੇ ਉਹਦੇ 'ਤੇ ਕੋਈ ਕੰਟਰੋਲ ਕਿਸੇ ਦਾ ਵੀ ਹੈ ਨਹੀਂ ਸੀ ਜੀ ਜੀ। ਉਹ ਬਾਅਦ ਜਿਹੜੀਆਂ ਧਿਰਾਂ ਨੇ ਕਰਵਾਇਆ ਉਹਨਾਂ ਨੂੰ ਵੀ ਭੁਗਤਣਾ ਪਿਆ। ਡਾਕਟਰ ਸਾਹਿਬ, ਜਿਹੜੀ ਗੱਲ ਜਿਹੜੀ ਜਿਸ ਤਰ੍ਹਾਂ ਜਿਸ ਢੰਗ ਦੇ ਨਾਲ ਆਪਾਂ ਗੱਲ ਕਰੇ ਕਿ ਅਟੈਕ ਹੋਇਆ ਬਾਹਰੋਂ, CRP ਨੇ, BSF ਨੇ ਕੀਤਾ, ਇਹ ਵੀ ਸੀਗੇ ਜਦੋਂ ਅੰਦਰ ਸੰਤ ਜਰਨੈਲ ਸਿੰਘ ਪਿੰਡਾਂ ਵਾਲਾ ਉੱਥੇ ਬੈਠੇ ਸੀ, ਉਹ ਇਸ ਗੱਲ ਲਈ ਮੈਂਟਲੀ ਪ੍ਰਿਪੇਅਰ ਸੀਗੇ ਕਿ ਵੀ ਹਮਲਾ ਹੋਏਗਾ ਤਾਂ ਉਹਦਾ ਜਵਾਬ ਦਿੱਤਾ ਜਾ ਸਕਦਾ? ਬਿਲਕੁਲ ਪ੍ਰਿਪੇਅਰ ਸੀ, ਕਿਉਂਕਿ ਸਰਕਾਰ ਦੀ ਸਾਜ਼ਿਸ਼ ਇਹ ਸੀ ਵੀ ਉੱਥੋਂ ਅਕਾਲ ਤਖ਼ਤ ਤੋਂ ਸੰਤ ਜਰਨੈਲ ਸਿੰਘ ਨੂੰ ਸਰੈਂਡਰ ਕਰਵਾਇਆ ਜਾਏ ਜੀ, ਡਰਾ ਕੇ ਜੀ। ਸਰੈਂਡਰ ਕਰਵਾਉਣ ਤੋਂ ਬਾਅਦ ਜਿਹੜੀ ਅਕਾਲ ਤਖ਼ਤ ਦਾ ਵੈਲਿਊ ਸਿਸਟਮ ਹੈ ਉਸ ਨੂੰ ਖਤਮ ਕੀਤਾ ਜਾਏ, ਕਿਉਂਕਿ ਮੁਗਲ ਗੌਰਮੈਂਟ ਵੀ ਅਤੇ ਹਿੰਦੂ ਗੌਰਮੈਂਟ ਵੀ, ਅੰਗਰੇਜ਼ ਗੌਰਮੈਂਟ ਵੀ, ਇਹ ਸਾਰੀਆਂ ਗੌਰਮੈਂਟਾਂ ਇਹ ਸਮਝਦੀਆਂ ਨੇ ਵੀ ਅਕਾਲ ਤਖ਼ਤ ਤੋਂ ਕੋਈ ਖਾਸ ਐਨਰਜੀ ਹੈ ਜਿਹੜੀ ਲੈ ਕੇ ਸਿੱਖ ਮੋਰਚੇ ਲਾਉਂਦੇ ਹਨ ਤਾਂ ਉਹਦੇ 'ਚ ਕਾਮਯਾਬ ਹੁੰਦੇ ਜੀ। ਇਸ ਵਾਸਤੇ ਉਹਨਾਂ ਦਾ ਇਹ ਸੀ ਵੀ ਜੇ ਇੱਥੋਂ ਇਹਨੂੰ ਡਿਸਕ੍ਰੈਡਿਟ ਕੀਤਾ ਜਾਏ ਅਕਾਲ ਤਖ਼ਤ ਦੀ ਵੈਲਿਊ ਨੂੰ ਕਿਸੇ ਢੰਗ ਨਾਲ, ਅਤੇ ਉਹ ਚਾਹੁੰਦੇ ਵੀ ਉਸ ਤਰ੍ਹਾਂ ਜਰਨੈਲ ਸਿੰਘ ਅਤੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਉੱਥੋਂ ਸਰੈਂਡਰ ਕਰਾਇਆ ਜਾਵੇ, ਉਹਨਾਂ ਦੇ ਨਾਲ ਮਦਦ ਉਹਨਾਂ ਦੀ ਕਰਨ ਵਾਸਤੇ ਅਕਾਲੀ ਲੀਡਰ ਸੀਗੇ। ਇਹਨਾਂ ਨੇ ਬਹੁਤ 3 ਤਰੀਕ ਨੂੰ ਟਰੋਹਾ ਸਾਹਿਬ ਗਏ ਉੱਥੇ, ਉਹਨਾਂ ਨੇ ਸੰਤ ਜਰਨੈਲ ਸਿੰਘ ਹੋਰਾਂ ਨੂੰ ਕਿਹਾ ਜੀ ਸੰਤ ਜੀ ਕਾਹਦੀ ਫੌਜ ਨਾਲ ਲੜਾਈ ਹੈ ਜੀ, ਤੁਸੀਂ ਹੁਣ ਸਰੈਂਡਰ ਕਰ ਦਿਓ ਜੀ, ਮੈਂ ਗੱਲ ਕਰਦਾਂ ਜੀ। ਉੱਦਣ ਫਿਰ ਸੰਤ ਕਹਿਣ ਲੱਗੇ ਵੀ ਅੱਜ ਤੇਰਾ ਅਸਲੀ ਚਿਹਰਾ ਸਾਡੇ ਸਾਹਮਣੇ ਆਇਆ, ਪਹਿਲਾਂ ਸਾਨੂੰ ਪਤਾ ਨਹੀਂ ਲੱਗਿਆ ਵੀ ਤੁਸੀਂ ਕੀ ਚਾਹੁੰਦੇ ਹੋ। ਓਕੇ, ਅਤੇ ਤੁਸੀਂ ਡਾਕਟਰ ਸਾਹਿਬ, ਤੁਹਾਡਾ ਕਹਿਣਾ ਹੈ ਕਿ ਵੀ ਆਪਣਾ ਗੁਰਚਰਨ ਸਿੰਘ ਟੋੜਾ ਨੇ ਸਪਸ਼ਟ ਤੌਰ 'ਤੇ ਸੰਤ ਪਿੰਡਰਾ ਵਾਲਿਆਂ ਨੂੰ ਇਹ ਗੱਲ ਕਹੀ ਕਿ ਵੀ ਤੁਹਾਨੂੰ ਸਰੈਂਡਰ ਕਰ ਦੇਣਾ? ਹਾਂ ਬਿਲਕੁਲ, 3 ਤਰੀਕ ਨੂੰ ਗਏ ਨੇ, ਉਹ ਸਾਡੇ ਕੋਲ ਸਬੂਤ ਨੇ ਉਹਦੇ ਜੀ, 3 ਤਰੀਕ ਨੂੰ ਉਹਨਾਂ ਨੇ ਕਿਹਾ ਸੰਤਾਂ ਨੂੰ, ਉਸ ਤੋਂ ਬਾਅਦ ਸੰਤਾਂ ਨੇ ਉਹਨੂੰ ਝਾੜ ਚੰਬ ਕੀਤੀ ਅਤੇ ਉਹ ਵਾਪਸ ਆਇਆ। ਓਕੇ ਓਕੇ ਡਾਕਟਰ ਸਾਹਿਬ, ਇਸ ਮੁੱਦੇ 'ਤੇ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਬੜਾ ਉਸ ਨਾਜ਼ੁਕ ਦੌਰ ਦੇ ਬਾਰੇ 'ਚ ਚਰਚਾ ਕਰ ਰਹੇ ਹਾਂ, ਕਈ ਹੋਰ ਅਹਿਮ ਸਵਾਲ ਹੈ, ਪਰ ਹੁਣ ਵਕਤ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਚਰਚਾ 'ਤੇ ਮੁੜ ਵਾਪਸ ਆਉਂਦੇ ਹਾਂ।
ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਡਾਕਟਰ ਸਾਹਿਬ, ਬ੍ਰੇਕ ਤੋਂ ਪਹਿਲਾਂ ਇਸ ਮੁੱਦੇ 'ਤੇ ਚਰਚਾ ਕਰ ਰਹੇ ਸੀ ਕਿ ਜਿਸ ਤਰ੍ਹਾਂ ਦੀ ਉਸ ਵੇਲੇ ਨਾਜ਼ੁਕ ਸਥਿਤੀ ਹੋਈ, ਬਾਹਰੋਂ ਅਟੈਕ ਸ਼ੁਰੂ ਹੋਇਆ, ਕਿ ਉਸ ਦਿਨ ਦੇ ਅੰਦਰ ਉਹ ਦੋ ਤਿੰਨ ਦਿਨਾਂ ਦੇ ਅੰਦਰ ਤੁਹਾਡੀ ਜਿਹੜੀ ਇਸ ਜਰਨੈਲ ਸਿੰਘ ਭਿੰਡਰਾਂਵਾਲਾ ਨਾਲ ਕੋਈ ਗੱਲਬਾਤ ਹੋਈ ਜਾਤੀ ਤੌਰ 'ਤੇ? ਹਾਂ, ਮੇਰੀ 4 ਤਰੀਕ ਨੂੰ ਵੀ ਉਹਨਾਂ ਨਾਲ ਗੱਲਬਾਤ ਹੋਈ, 5 ਸ਼ਾਮ ਨੂੰ ਵੀ ਹੋਈ ਜੀ। 5 ਸ਼ਾਮ ਨੂੰ ਤਾਂ ਕੋਈ ਮਸਲਾ ਇਸ ਤਰ੍ਹਾਂ ਦਾ ਸੀ, ਕੋਈ ਹਥਿਆਰਾਂ ਦਾ ਮਸਲਾ ਸੀ ਕਿਸੇ ਨੂੰ ਦੇਣ ਵਾਸਤੇ ਜੀ, ਉਸ ਵਾਸਤੇ ਮੈਂ ਗਿਆ ਸੀ ਜੀ ਜੀ। ਅਤੇ ਸੰਤਾਂ ਨੇ ਮੈਨੂੰ ਕਿਹਾ ਵੀ ਤੁਸੀਂ ਭਾਈ ਅਮਰੀਕ ਸਿੰਘ ਨੂੰ ਮਿਲ ਲਓ। ਅਤੇ 4 ਤਰੀਕ ਨੂੰ ਜਦੋਂ ਮੈਂ ਉਹਨਾਂ ਦੇ ਕੋਲ ਗਿਆ ਅਤੇ ਉਹ ਮਤਲਬ ਡਬਲ ਐਜਡ ਸੋਰਡਸ ਜਿਹੜੀਆਂ ਬਹੁਤ ਸਾਰੀਆਂ ਉਹਨਾਂ ਸਾਹਮਣੇ ਪਈਆਂ ਸੀ, ਅਤੇ ਉਹ ਸਾਰੇ ਮਤਲਬ ਜਿਹੜੇ ਸਿੰਘ ਉੱਥੇ ਆਉਂਦਾ ਸੀ ਉਹਨਾਂ ਨੂੰ ਵੰਡੀ ਜਾ ਰਹੇ ਸੀ, ਅਤੇ ਉਹਨਾਂ ਨੂੰ ਕਹਿ ਰਹੇ ਸੀ ਵੀ ਸਾਰੇ ਸਿੰਘਾਂ ਨੂੰ ਕਹਿ ਦਿਓ ਸ਼ਹੀਦੀਆਂ ਪਾਉਣੀਆਂ ਨੇ ਜੇ ਐਮੂਨੀਸ਼ਨ ਖਤਮ ਹੋ ਜਾਵੇ, ਅਤੇ ਖੰਡਿਆਂ ਨਾਲ ਲੜਾਈ ਕਰਨੀ ਹੈ, ਤੁਸੀਂ ਕਿਸੇ ਨੇ ਹੱਥ ਨਹੀਂ ਖੜੇ ਕਰਨੇ, ਸਾਰਿਆਂ ਨੇ ਸ਼ਹੀਦੀਆਂ ਪਾਉਣੀਆਂ। ਇਹ ਮਤਲਬ ਮੇਰੀਆਂ 2 ਮੁਲਾਕਾਤਾਂ, 4 ਨੂੰ ਅਤੇ 5 ਨੂੰ ਇਹ ਹੋਈਆਂ ਨੇ ਉਹਨਾਂ ਦੇ ਨਾਲ, ਅਤੇ ਉਹ ਬੜੀ ਚੜ੍ਹਦੀ ਕਲਾ ਸਨ ਉਹਨਾਂ ਤੋਂ, ਮਤਲਬ ਚੜ੍ਹਦੀ ਕਲਾ 'ਚ ਉਹ ਹੀ ਨਹੀਂ ਸਨ ਜਿੰਨੇ ਵੀ ਉੱਥੇ ਸਿੰਘ ਸਨ, ਸਾਰਿਆਂ 'ਤੇ ਮਤਲਬ ਉਹਨਾਂ ਨੇ ਇੰਸਪਾਇਰ ਕੀਤਾ ਹੋਇਆ ਸਾਰਿਆਂ, ਸਾਰੇ ਸ਼ਹੀਦੀ ਪਾਉਣ ਵਾਸਤੇ ਤਿਆਰ ਸੀ। ਡਾਕਟਰ ਸਾਹਿਬ, ਇਹ ਵੀ ਬੜਾ ਇੰਪੋਰਟੈਂਟ ਹੈਗਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਵੀ ਫੌਜ ਵੀ ਅਟੈਕ ਕਰ ਸਕਦੀ ਹੈ ਸਿੱਧੇ ਤੌਰ 'ਤੇ? ਹਾਂਜੀ, ਉਹਨਾਂ ਨੂੰ ਪੂਰਾ ਵਿਸ਼ਵਾਸ ਸੀ ਵੀ ਫੌਜ ਅਟੈਕ ਕਰ ਰਹੀ ਹੈ ਜੀ, ਕਰ ਨਹੀਂ ਸਕਦੀ, ਕਰ ਰਹੀ ਹੈ। ਉਹਨਾਂ ਨੂੰ 3 ਤਰੀਕ ਨੂੰ ਪਤਾ ਲੱਗਿਆ ਸੀ ਜੀ, ਅਤੇ ਉਹਨਾਂ ਨੂੰ ਸਾਰਿਆਂ ਨੂੰ 4 ਤਰੀਕ ਨੂੰ ਤਾਂ ਉਹਨਾਂ ਨੇ ਕਹਿ ਦਿੱਤਾ ਸਾਰਿਆਂ, ਜਦੋਂ ਪਹਿਲਾਂ ਰੋਕਟ ਲਾਂਚਰ 4 ਨੂੰ ਫਾਇਰ ਹੋਇਆ ਉਹ ਚੰਗੀ ਤਰ੍ਹਾਂ ਜਾਣਦੇ ਸੀਗੇ ਕਿ ਵੀ ਫੌਜ ਅਲਟੀਮੇਟਲੀ ਫੌਜ ਮਤਲਬ ਡਿਸਟਰੋਏ ਕਰੇਗੀ ਕਾਲ ਤਖ਼ਤ। ਓਕੇ, ਸਾਹਿਬ ਗੁਰਤੇਜ ਸਿੰਘ ਜੀ, ਜਿਹੜੀ ਉਸ ਵੇਲੇ ਸਿਚੁਏਸ਼ਨ ਜਿਹੜੀ ਪੈਦਾ ਅਮਾਜ ਕੀਤੀ, ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕੀਤਾ, ਇੱਕ ਪਾਸੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਹੜੇ ਸਾਰੀ ਲੜਾਈ ਨੂੰ ਲੀਡ ਕਰ ਰਹੇ ਸੀਗੇ, ਜਰਨੈਲ ਸੀ ਉਸ ਮੌਕੇ ਦੇ, ਦੂਜੇ ਪਾਸੇ ਟ੍ਰੈਡੀਸ਼ਨ ਲੀਡਰਸ਼ਿਪ। ਐਕਚੁਅਲੀ ਜਦੋਂ ਸਾਰੀ ਲੜਾਈ ਸ਼ੁਰੂ ਹੋਈ, ਲੜਾਈ ਤਾਂ ਸ਼ੁਰੂ ਹੋਈ ਸੈਂਟਰ ਦੇ ਖਿਲਾਫ, ਉਹਨਾਂ ਦੀਆਂ ਜਾਤੀਆਂ ਦੇ ਖਿਲਾਫ, ਇਹਨਾਂ ਦੇ ਆਪਸੀ ਜਿਹੜੇ ਮਤਭੇਦ ਪੈਦਾ ਹੋ ਗਏ, ਉਹਦੀ ਕੀ ਵਜ੍ਹਾ ਤੁਸੀਂ ਕਿਉਂ ਸਮਝਦੇ? ਆਪਸੀ ਮਤਭੇਦ ਦੀ ਵਜ੍ਹਾ ਇਹੀ ਸੀ ਕਿ ਸੰਤ ਜਰਨੈਲ ਸਿੰਘ ਐਕਸੈਪਟਿਡ ਲੀਡਰਸ਼ਿਪ ਸੀ, ਲੀਡਰ ਸੀ ਲੋਕਾਂ ਦਾ ਜੀ ਜੀ, ਲੋਕ ਸਮਝੇ ਸਨ ਕਿ ਇਸ ਦੇ ਉੱਤੇ ਭਰੋਸਾ ਕੀਤਾ ਜਾ ਸਕਦਾ ਜੀ। ਮੇਰਾ ਆਪਣਾ ਵੀ ਜ਼ਾਤੀ ਖਿਆਲ ਵੀ ਇਹੀ ਹੈ ਜੀ ਕਿ ਕਈ ਸਾਰੇ ਇੱਕ ਇਸ ਤਰ੍ਹਾਂ ਦੇ ਇੰਸੀਡੈਂਟ ਹੋਏ, ਇੱਕ ਵਾਰੀ ਕੋਈ ਮਸਲਾ ਪਾਣੀ ਦਾ ਸੀ, ਮੈਂ ਇਸ ਨੂੰ ਬੜੀ ਅਹਿਮੀਅਤ ਦਿੰਦਾ ਅਤੇ ਮੈਂ ਸੋਚਦਾ ਸੀ ਕਿ ਜੇ ਪਾਣੀ ਨੂੰ ਦੇ ਉੱਤੇ ਆਪਾਂ ਉਹਨੂੰ ਠੱਲ ਪਾ ਦਈਏ ਤਾਂ ਸ਼ਾਇਦ ਇਹ ਦਰਬਾਰ ਸਾਹਿਬ 'ਤੇ ਹਮਲਾ ਵੀ ਰੁਕ ਜਾਏ। ਲੌਂਗੋਵਾਲ ਨੇ ਕਈ ਵਾਰੀ ਆਪਣੀ ਪੋਜੀਸ਼ਨ ਤਬਦੀਲ ਕੀਤੀ, ਬਾਦਲ, ਟੌੜਾ, ਤਲਵੰਡੀ ਸਾਰਿਆਂ ਨੇ ਆਪਣੀ ਪੋਜੀਸ਼ਨ ਇਸ ਦੇ ਉੱਤੇ ਪਾਣੀ ਦੇ ਮਸਲੇ 'ਤੇ ਬਦਲਦੇ ਰਹੇ। ਓਕੇ, ਸੰਤ ਜਰਨੈਲ ਸਿੰਘ ਨੇ ਪਹਿਲੇ ਜਾਂਦਿਆਂ ਹੀ ਮੈਨੂੰ ਪੁੱਛਿਆ ਕਿ ਭਾਈ ਤੁਸੀਂ ਦੱਸੋ ਆਪਾਂ ਨੂੰ ਟ੍ਰਿਬਿਊਨਲ ਮੰਨਣਾ ਚਾਹੀਦਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਕੇਸ ਲੈ ਕੇ ਜਾਣਾ ਚਾਹੀਦਾ। ਡਿਸਕਸ਼ਨ ਹੋਈ ਇਸ ਨੂੰ ਜੀ, ਮੈਂ ਇੱਕ ਪੇਪਰ ਬਣਾ ਕੇ ਲੈ ਗਿਆ ਸੀ ਓਕੇ ਉੱਥੇ ਡਿਸਟ੍ਰੀਬਿਊਟ ਕਰਨ ਵਾਸਤੇ। ਇੱਥੇ ਸਾਡੀ ਇੱਕ ਇੰਸਟੀਟਿਊਟ ਬਣੀ ਹੋਈ ਸੀ, ਅਸੀਂ ਇਸ ਤਰ੍ਹਾਂ ਦੀ ਸਲਾਹ ਮਸ਼ਵਰਾ ਮਾੜਾ ਮੋਟਾ ਦਿੰਦੇ ਰਹਿੰਦੇ ਸਾਂ ਜੀ ਜੀ, ਅਤੇ ਮੈਂ ਉਹ ਪੇਪਰ ਮੈਂ ਕਿਹਾ ਜੀ ਸਾਂਝੀ ਆਪਾਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ, ਮੈਂ ਬੋਲਣ ਲੱਗਿਆ ਸੀ, ਸਾਂਝੀ ਕਹਿੰਦੇ ਭਾਈ ਸੋਚ ਸਮਝ ਕੇ ਦੱਸੀ ਜਿਹੜਾ ਵੀ ਕੁਛ ਦੱਸਣਾ, ਇੱਕ ਵਾਰੀ ਅਸੀਂ ਕੁਛ ਕਹਿਤਾ ਤਾਂ ਫਿਰ ਉਸ ਤੋਂ ਵਾਪਸ ਨਹੀਂ ਜਾਣਾ ਜੀ। ਅਤੇ ਮੈਂ ਕਿਹਾ ਜੀ ਨਹੀਂ, ਮੈਂ ਤਾਂ ਇਹੀ ਮਸਲਾ ਤੁਹਾਡੇ ਸਾਹਮਣੇ ਰੱਖਣ ਵਾਸਤੇ ਆਇਆ, ਔਰ ਆਹ ਸਾਡਾ ਪੇਪਰ ਹੈ, ਆਪਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਮਸਲਾ ਲੈ ਕੇ ਜਾਣਾ ਚਾਹੀਦਾ ਹੈ, ਕਿਉਂਕਿ ਜਿਹੜਾ ਟ੍ਰਿਬਿਊਨਲ ਹੈ ਉਸਨੇ ਤਾਂ ਸਾਲਸੀ ਫੈਸਲਾ ਦੇਣਾ, ਉਹ ਕੋਈ ਵੀ ਫੈਸਲਾ ਦੇ ਸਕਦਾ, ਜਿਹੜਾ ਸੁਪਰੀਮ ਕੋਰਟ ਹੈ ਉਹ ਕਾਨੂੰਨ ਦੇ ਅਨੁਸਾਰ ਫੈਸਲਾ ਦੇਵੇਗਾ ਔਰ ਉਹ ਕਾਨੂੰਨ ਸਾਰੇ ਹਿੰਦੁਸਤਾਨ ਦੇ ਉੱਤੇ ਲਾਗੂ ਹੋਏਗਾ, ਇਸ ਕਰਕੇ ਉੱਥੇ ਇਹ ਗਲਤ ਫੈਸਲਾ ਹੋਣਾ ਥੋੜ੍ਹਾ ਜਿਹਾ ਮੁਸ਼ਕਲ ਹੈ। ਸਾਂਝੀ ਕਹਿੰਦੇ ਠੀਕ ਹੈ, ਔਰ ਉਸ ਦੇ ਉੱਤੇ ਫਰਮ ਹੋ ਗਏ, ਉਹਨਾਂ ਨੇ ਕਦੇ ਇਸ ਦੇ ਉੱਤੇ ਡਿਬੇਟ ਨਹੀਂ ਕੀਤਾ। ਓਕੇ ਸਰ ਗੁਰਤੇਜ ਸਿੰਘ, ਤੁਸੀਂ ਬੜੀ ਇੰਪੋਰਟੈਂਟ ਗੱਲ ਇਹ ਕਹੀ ਹੈ, ਮਤਲਬ ਕਿ ਜਿਹੜੇ ਪੰਜਾਬ ਨਾਲ ਬੇਸਿਕ ਜੁੜੇ ਹੋਏ ਮੁੱਦੇ ਸੀ, ਕਿਉਂਕਿ ਪਾਣੀਆਂ ਦਾ ਮੁੱਦਾ ਅੱਜ ਵੀ ਸਾਡੀ ਜੀਵਨ ਰੇਖਾ ਹੈਗੀ ਹੈ, ਉਸ ਵੇਲੇ ਵੀ ਮਤਲਬ ਸੰਤ ਭਿੰਡਰਾਂਵਾਲਾ ਬੇਸਿਕ ਮੁੱਦਿਆਂ ਦੇ ਉੱਤੇ ਲੈ ਕੇ ਲੜਾਈ ਲੜ ਰਹੇ ਸੀ, ਬਿਲਕੁਲ ਜਿਹੜਾ ਆਮ ਕਿਹਾ ਜਾਂਦਾ ਕਿ ਉਹ ਇਮੋਸ਼ਨਲ ਹੋ ਕੇ ਸਾਰੇ ਇਸ਼ੂ ਨਹੀਂ ਨਹੀਂ ਇਮੋਸ਼ਨਲ ਕੁਛ ਨਹੀਂ ਸੀ, ਉਹਨਾਂ ਦੇ ਸਿਰਾਣੇ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਰੱਖੀ ਹੁੰਦੀ ਸੀਗੀ ਜੀ, ਔਰ ਜੇ ਕੋਈ ਕਹਿੰਦਾ ਸੀ ਜੀ ਆਹ ਫਲਾਨਾ ਕੰਮ ਕਰਨਾ ਹੈ ਤੁਸੀਂ ਆਹ ਸਾਂਝੀ ਐਲਾਨ ਕਰ ਦਿਓ, ਕਹਿੰਦੇ ਸੀ ਭਾਈ ਇਸ ਦੇ ਵਿੱਚ ਦਿਖਾ ਦੇ ਇਹ ਲਿਖਿਆ ਹੋਇਆ, ਜੇ ਲਿਖਿਆ ਹੋਇਆ ਤਾਂ ਆਪਾਂ ਕਰਦੇ ਹਾਂ, ਜੇ ਨਹੀਂ ਲਿਖਿਆ ਹੋਇਆ ਤਾਂ ਅਸੀਂ ਅਕਾਲੀਆਂ ਦੀ ਮਦਦ ਕਰਨ ਵਾਸਤੇ ਇੱਥੇ ਆਏ ਹਾਂ, ਸਾਡਾ ਆਪਣਾ ਕੋਈ ਪ੍ਰੋਗਰਾਮ ਨਹੀਂ। ਪੰਦਰ ਸਾਹਿਬ, ਜਿਹੜੀ ਟ੍ਰੈਡੀਸ਼ਨਲ ਲੀਡਰਸ਼ਿਪ ਸੀ ਉਸ ਦੌਰ 'ਚ, ਜਿਹੜੇ ਸਟੈਂਡ ਲਏ ਸਾਰੇ, ਬਾਅਦ 'ਚ ਵਾਈਟ ਪੇਪਰ ਆਏ, ਹੋਰ ਸਾਰਾ ਕੁਝ ਆਇਆ ਜਿਹੜਾ ਹੈਗਾ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਟ੍ਰੈਡੀਸ਼ਨਲ ਲੀਡਰਸ਼ਿਪ ਦਾ ਰੋਲ ਕਿਹੋ ਜਿਹਾ ਰਿਹਾ? ਸਿੱਧੂ ਸਾਹਿਬ, ਜੇ ਤੁਸੀਂ ਸਾਰਾ ਅਕਾਲੀ ਦਲ ਦਾ ਇਤਿਹਾਸ ਦੇਖੋ, ਜਿਹੜੇ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਮੌਜੂਦਾ ਸਥਿਤੀ ਨੂੰ ਛੱਡ ਕੇ ਜੀ ਜੀ, ਅਕਾਲੀ ਦਲ ਦੇ ਵਿੱਚ ਹਮੇਸ਼ਾ ਦੋ ਕਿਸਮ ਦੀਆਂ ਜਿਹੜੀ ਹੈਗੀ ਆ ਪੈਰਲਲ ਜਿਹੜੀ ਇੱਕ ਸੈਂਟਰ ਰਹੇ ਆ ਆਈਡੀਓਲੋਜੀ ਚੱਲਦੀ ਰਹਿੰਦੀ ਜੀ ਜੀ,
ਇੱਕ ਐਕਸਟ੍ਰੀਮ ਵਾਲੇ ਪਾਸੇ ਹੁੰਦੀ ਸੀ, ਇੱਕ ਜਿਹਨੂੰ ਆਪਾਂ ਅੱਜ ਕੱਲ੍ਹ ਮੋਡਰੇਟ ਕਹਿ ਸਕਦੇ, ਔਰ ਇੱਕ ਜਿਹੜੀ ਸੀ ਜਿਹੜੀ ਐਕਸਟ੍ਰੀਮ ਜਿਹੜੀ ਹੁੰਦੀ ਸੀ ਉਹ ਸੈਂਟਰ ਦੇ ਨਾਲ ਇੱਕ ਕਨਫਰੰਟੇਸ਼ਨਿਸਟ ਜਿਹੜਾ ਉਹਦਾ ਐਟੀਟਿਊਡ ਹੁੰਦਾ ਸੀ ਹਮੇਸ਼ਾ ਸੈਂਟਰ ਦੇ ਨਾਲ ਰਿਹਾ। ਇਹ ਈਵਨ ਆਜ਼ਾਦੀ ਦੀ ਲਹਿਰ ਵੇਲੇ, ਉਸ ਤੋਂ ਪਹਿਲਾਂ ਜਿਹੜੇ ਮੋਰਚੇ ਲੱਗੇ ਗੁਰਦੁਆਰਿਆਂ ਦੀ ਜਿਹੜੀ ਲਿਬਰੇਸ਼ਨ ਵਾਸਤੇ, ਉਦੋਂ ਅੰਗਰੇਜ਼ਾਂ ਦੀ ਸਰਕਾਰ ਦੇ ਨਾਲ ਵੀ, ਅਤੇ ਬਾਅਦ 'ਚੋਂ ਜਿਹੜੇ ਮੋਰਚੇ ਪੰਜਾਬ ਦੇ ਵਿੱਚ ਲੱਗੇ ਉਹਨਾਂ 'ਚ ਵੀ ਜੀ ਇੱਕ ਦੂਸਰੇ ਪਾਸੇ ਉਹ ਲੀਡਰਸ਼ਿਪ ਹੁੰਦੀ ਸੀ, ਉਹ ਜਿਹੜੀ ਇੱਕ ਮੋਡਰੇਟ, ਉਹ ਜਿਹੜੀ ਸਮਝੌਤਾ ਕਰਨ ਦੀ ਜਾਂ ਗੱਲਾਂ ਬਾਤਾਂ ਦੇ ਵਿੱਚ ਉਹ ਗੱਲ ਆਪਣੇ ਆਪ ਨੂੰ ਕਰਦੀ ਸੀ। ਔਰ ਇਹਦੇ ਵਿੱਚ ਔਰ ਇਹ ਵੀ ਬੜੀ ਖੂਬਸੂਰਤੀ ਦੀ ਗੱਲ ਹੈ, ਜਿਹੜਾ ਅੱਜ ਮੋਡਰੇਟ ਹੈ ਕੱਲ੍ਹ ਨੂੰ ਐਕਸਟ੍ਰੀਮਿਸਟ ਹੋ ਜਾਏ ਜਾਂ ਐਕਸਟ੍ਰੀਮ ਜਿਹੜਾ ਹਾਰਡਲਾਈਨ ਸਟੈਂਡ ਲੈਣ ਵਾਲਾ ਉਹ ਕੱਲ੍ਹ ਨੂੰ ਮੋਡਰੇਟ ਵੀ ਹੋ ਜਾਏ, ਇਹ ਇੰਟਰਚੇਂਜ ਹੁੰਦੀਆਂ ਰਹਿੰਦੀਆਂ ਸੀ। ਪਰ ਆ ਕੇ ਜਦੋਂ ਇਹ ਆਇਆ, ਜਦੋਂ ਆਪਣਾ ਜਿਹੜਾ ਧਰਮਯੁੱਧ ਮੋਰਚਾ ਇਹਦੇ ਵਿੱਚ ਆਇਆ, ਇਹਦੇ ਵਿੱਚ ਜਿਹੜੀ ਕ੍ਰਿਸਟਲ ਹੋ ਕੇ ਵੀ ਜਿਹੜੀ ਹਾਰਡਲਾਈਨ ਜਿਹੜਾ ਥੋਟ ਹੈਗਾ ਉਹ ਸੰਤ ਪਿੰਡਾਂ ਵਾਲੇ ਵਾਲੇ ਪਾਸੇ ਵੀ ਵਿੱਚ ਵੁੱਡ ਨਾਟ ਵੀ ਅਸੀਂ ਆਪਣੇ ਹੱਕ ਲਏ ਬਿਨਾ ਨਹੀਂ ਹਟਣਾ। ਤੇ ਜਿਹੜੀ ਦੂਸਰੀ ਸੀਗੀ ਜਿਹਨੂੰ ਮੋਡਰੇਟ ਲੀਡਰਸ਼ਿਪ ਕਹਿੰਦੇ, ਜਿਹੜੀ ਹੁਣ ਇਸ ਵੇਲੇ ਹਾਕਮ ਵੀ ਹੈ, ਰਾਧਰ ਹਾਕਮ ਤਾਂ ਉਹਨਾਂ 'ਚੋਂ ਸਿਰਫ ਬਾਦਲ ਸਾਹਿਬ ਰਹਿ ਗਏ, ਬਾਕੀ ਤਾਂ ਉਹਨਾਂ 'ਚੋਂ ਸ਼ਾਇਦ ਰਹੇ ਵੀ ਨਹੀਂ ਹੈ, ਦੁਨੀਆਂ 'ਚ ਵੀ ਨਹੀਂ ਰਹੇ ਜੀ। ਹਾਂਜੀ, ਅਤੇ ਉਹ ਜਿਹੜੀ ਸੀਗੀ ਉਹ ਸਮਝੌਤੇ 'ਚ ਵੀ ਇੱਕ ਮੰਗ ਛੱਡ ਕੇ ਜਾਂ ਦੋ ਮੰਗਾਂ ਛੱਡ ਕੇ ਇੱਕ ਮੰਗ ਬਣਾ ਲਓ ਜੀ, ਉਹ ਵੀ ਫੇਰ ਕਰ ਲਾਂਗੇ। ਕਿਉਂਕਿ ਜਦੋਂ ਜਿਹੜਾ ਇਨੀਸ਼ੀਅਲੀ ਜਦੋਂ ਲਿੰਗੁਇਸਟਿਕ ਬੇਸਿਸ ਦੇ ਉੱਤੇ ਜਦੋਂ ਪੰਜਾਬ ਵੰਡਿਆ ਗਿਆ ਜੀ ਜੀ, ਉਦੋਂ ਉਸੇ ਵੇਲੇ ਇਸ ਮੋਡਰੇਟ ਲੀਡਰਸ਼ਿਪ ਦੀਆਂ ਖਾਮੀਆਂ ਰਹੀਆਂ ਨੇ, ਇਹਨਾਂ ਨੇ ਪੈਂਡਿੰਗ ਇਸ਼ੂਜ ਛੱਡਤੇ, ਇਹ ਬਹੁਤ ਸਾਰੇ ਇਸ਼ੂਜ ਉਦੋਂ ਹੀ ਰਿਜ਼ੋਲਵ ਹੋਣੇ ਚਾਹੀਦੇ, ਸੱਤਾ ਵਾਲੇ ਪਾਸੇ ਵੱਲ ਨੂੰ ਜਿਹੜਾ ਚਲੇ ਗਏ ਜਿਹੜੇ। ਬਿਲਕੁਲ, ਇਹ ਉਸ ਵੇਲੇ ਜਦੋਂ ਪੰਜਾਬੀ ਸੂਬਾ ਮੋਰਚਾ ਦੀ ਜਦੋਂ ਲਾਂਚ ਹੋਇਆ, ਉਹਨੂੰ ਇੰਦਰਾ ਗਾਂਧੀ ਨੇ ਕਈ ਇਹਨਾਂ ਦੀਆਂ ਗੱਲਾਂ ਮੰਨੀਆਂ, ਉਸੇ ਵੇਲੇ ਹੀ ਨਾਲ ਇਸ਼ੂਜ ਇਹ ਡਿਸਕਸ ਕਰਕੇ ਉਦੋਂ ਹੀ ਰਿਜ਼ੋਲਵ ਹੋਣੇ ਚਾਹੀਦੇ ਸੀ। ਇਹਨਾਂ ਨੂੰ ਜਿਹੜਾ ਪੈਂਡਿੰਗ ਰੱਖਣ ਦੀ ਜਿਹੜੀ ਆਦਤ ਹੈਗੀ ਹੈ ਮੋਡਰੇਟ ਲੀਡਰਸ਼ਿਪ ਦੀ, ਉਹਨੇ ਹੀ ਬਾਅਦ 'ਚ ਜੇ ਉਹਦੀ ਕੰਟਰੀਬਿਊਸ਼ਨ ਹੈ ਇਹਦੇ ਵਿੱਚ, ਇਹ ਜਿਹੜੀ ਸਾਰੀ ਸਿਚੁਏਸ਼ਨ ਇੰਨੀ ਗੁੰਝਲਦਾਰ ਬਣੀ। ਸਰ ਗੁਰਤੇਜ ਸਿੰਘ, ਜਿੱਦਾਂ ਪੰਦੇਰ ਸਾਹਿਬ ਦਾ ਕਹਿਣਾ ਹੈ ਕਿ ਵੀ ਉਸ ਵੇਲੇ ਜਿਹੜੇ ਬੇਸਿਕ ਇਸ਼ੂਜ ਜਿਹਨਾਂ ਦੀ ਤੁਸੀਂ ਵੀ ਗੱਲ ਕਰਦੇ ਹੋ, ਧਰਮਯੁੱਧ ਮੋਰਚੇ ਦੀ ਗੱਲ ਹੈ, ਪਹਿਲਾਂ ਕਪੂਰੀ ਮੋਰਚੇ ਦੀ ਗੱਲ ਹੈ, ਉਹ ਸਾਰੇ ਇਸ਼ੂ 'ਤੇ ਬੜੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ, ਜੇਲ੍ਹਾਂ 'ਚ ਗਏ ਜਿਹੜਾ ਹੈਗਾ, ਪੁਲਿਸ ਦੀਆਂ ਗੋਲੀਆਂ ਦਾ ਵੀ ਸ਼ਿਕਾਰ ਹੋਏ। ਇੱਕ ਬੜਾ ਵੱਡਾ ਦੌਰ ਹੈ ਪੰਜਾਬ ਦੇ 'ਚ ਕੁਰਬਾਨੀਆਂ ਦਾ, ਸ਼ਹਾਦਤਾਂ ਦਾ, ਜਿਹਦੇ 'ਚੋਂ ਦੀ ਨਿਕਲਿਆ। ਉਹ ਤੋਂ ਬਾਅਦ ਟ੍ਰੈਡੀਸ਼ਨ ਲੀਡਰਸ਼ਿਪ ਜਿਵੇਂ ਇਹਨਾਂ ਨੇ ਕਿਹਾ ਕਿ ਬਾਅਦ 'ਚ ਫਿਰ ਸੱਤਾ ਦੇ ਉੱਤੇ ਆ ਕੇ ਕਾਬਜ਼ ਹੋ ਗਏ, ਪਰ ਲੰਬਾ ਸਮਾਂ ਜਿਹੜੇ ਪਰਿਵਾਰ ਲੜਦੇ ਰਹੇ, ਰੁਲ ਗਏ, ਗੁਆਚ ਗਏ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਕਿਸੇ ਦੌਰ ਦੇ ਵਿੱਚ ਵੀ ਹੁਣ ਤੱਕ ਵੀ ਕਦੇ ਪੁੱਛਿਆ ਨਹੀਂ ਗਿਆ, ਸਾਰ ਨਹੀਂ ਲਈ ਗਈ, ਤੁਸੀਂ ਕੀ ਕਹੋਗੇ? ਤੁਸੀਂ ਦੇਖੋ ਵੀ ਬਰਨਾਲਾ ਸਾਹਿਬ ਮੋਡਰੇਟ ਲੀਡਰ ਸੀਗੇ, 25 ਸਾਲ ਉਹਨਾਂ ਨੂੰ ਸਰਕਾਰ ਨੇ ਕਦੇ ਕਿਤੇ ਗਵਰਨਰ ਕਦੇ ਕਿਤੇ ਗਵਰਨਰ ਲਾ ਕੇ ਰੱਖਿਆ, ਕਿਸੇ ਨੇ ਉਹ 'ਤੇ ਇਤਰਾਜ਼ ਨਹੀਂ ਕੀਤਾ ਜੀ। ਬਾਦਲ ਸਾਹਿਬ ਦਾ ਤੁਸੀਂ ਦੇਖ ਰਹੇ ਹੋ ਵੀ ਕਿੰਨੇ ਸਾਲਾਂ ਤੋਂ ਇੱਥੇ ਇਹ ਰਾਜ ਕਰ ਰਹੇ ਨੇ, ਤੁਸੀਂ ਜਿੰਨੇ ਵੀ ਇਹਨਾਂ ਦੇ ਨਾਲ ਦੇ ਸੀਗੇ ਉਹ ਸਾਰੇ ਉੱਥੇ ਬੜੀ ਅੱਛੀ ਤਰ੍ਹਾਂ ਐਡਜਸਟ ਹੋਏ ਹੋਏ ਆ। ਸਰ ਗੁਰਤੇਜ ਸਿੰਘ ਜੀ, ਇਹਦੇ 'ਚ ਮੈਂ ਤੁਹਾਨੂੰ ਵਿੱਚੋਂ ਟੋਕੇ, ਕੁਛ ਲੀਡਰ ਇਹੋ ਜਿਹੇ ਵੀ ਹੋਏ ਜਿਵੇਂ ਸੰਤ ਲੌਂਗੋਵਾਲ ਸੀ, ਜਿਨ੍ਹਾਂ ਦੇ ਉਹਨਾਂ ਦੀ ਵੀ ਜਿਹੜਾ ਹੈਗਾ ਕੁਰਬਾਨ ਹੋਏ, ਜਿੱਦਾਂ ਵੀ ਚਲੋ ਗੋਲੀਆਂ ਲੱਗੀਆਂ, ਕੁਛ ਹੋਰ ਲੋਕ ਵੀ ਹੈਗੇ ਆ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ, ਇੱਦਾਂ ਦੇ ਲੋਕ ਵੀ ਤਾਂ ਹੋਏ ਆ ਜਿਨ੍ਹਾਂ ਨੇ ਆਪਣੇ ਟ੍ਰੈਡੀਸ਼ਨ ਲੀਡਰ ਜਿਹੜੇ ਮਾਰੇ ਗਏ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਬਾਅਦ 'ਚ ਉਹਨਾਂ ਦਾ ਪਤਾ ਹੀ ਨਹੀਂ ਲੱਗਿਆ। ਨਹੀਂ, ਕੋਈ ਇਸ ਤਰ੍ਹਾਂ ਦੇਖੋ ਬੀਜਨਾਸ ਤਾਂ ਕਿਸੇ ਗੱਲ ਦਾ ਹੁੰਦਾ ਨਹੀਂ ਜੀ, ਹਰ ਜਗ੍ਹਾ ਦੇ ਉੱਤੇ ਚੰਗੇ ਮਾੜੇ ਬੰਦੇ ਹੁੰਦੇ ਆ, ਲੇਕਿਨ ਜਿਹੜੀ ਡੋਮੀਨੈਂਟ ਲੀਡਰਸ਼ਿਪ ਹੈ ਇਹਨਾਂ ਲੋਕਾਂ ਦੀ, ਸਣੇ ਗੁਰਚਰਨ ਸਿੰਘ ਟੌੜਾ, ਇਹ ਲੋਕ ਸਰਕਾਰ ਦੇ ਨਾਲ ਮਿਲੇ ਹੋਏ ਸਨ। ਮੈਂ ਆਪਣੀ ਕਿਤਾਬ ਦੇ ਵਿੱਚ 5-4 ਚਿੱਠੀਆਂ ਵੀ ਇਹਨਾਂ ਦੀਆਂ ਛਾਪੀਆਂ ਹਨ, ਓਕੇ, ਜਿਹੜੀਆਂ ਇਹਨਾਂ ਨੇ ਸਰਕਾਰ ਨੂੰ ਲਿਖੀਆਂ ਸਨ ਜੀ। ਉਸ ਤੋਂ ਬਾਅਦ ਮੈਂ ਇੱਕ ਸੰਤ ਸਿੰਘ ਤੇਗ ਮੇਰੇ ਕੋਲ ਆ ਕੇ ਆਪਣਾ ਬਿਆਨ ਦੇ ਕੇ ਗਏ, ਉਹਨਾਂ ਨੇ ਦੱਸਿਆ ਵੀ ਮੈਂ ਲੌਂਗੋਵਾਲ ਇਸ ਤਰ੍ਹਾਂ ਕਰਕੇ ਟੈਲੀਫੋਨ ਕਰ ਰਿਹਾ ਸੀ, ਮੈਂ ਸੁਣ ਕੇ ਆਇਆ, ਉਹ ਵੀ ਮੈਂ ਡਾਕੂਮੈਂਟ ਕੀਤਾ। ਔਰ ਤੁਸੀਂ ਇਹਨਾਂ ਦੇ ਕਿਰਦਾਰ ਤੋਂ ਦੇਖ ਲਓ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਇਹਨਾਂ ਨੇ ਦੂਸਰੇ ਲੋਕਾਂ ਦੀ ਸਾਰ ਨਹੀਂ ਲਈ, ਇਹ ਦੂਸਰੇ ਲੋਕ ਇਹਨਾਂ ਦੇ ਲੱਗਦੇ ਹੀ ਕੁਛ ਨਹੀਂ ਸਨ, ਇਹ ਲੋਕ ਸਿਰਫ ਆਪਣੀ ਵਿਚਾਰਤ ਔਰ ਆਪਣੀ ਸੱਤਾ ਔਰ ਆਪਣੇ ਇੱਕ ਪਰਿਵਾਰ ਦੇ ਇੱਕ ਜਿਹੜੇ ਇਹਨਾਂ ਦੀ ਸਾਂਝੀ ਕੋਈ ਸੀ ਇਸ ਕਰਕੇ ਜੀ। ਸਾਡੇ ਕੋਲ ਸਮਾਂ ਵੀ ਬਹੁਤ ਘੱਟ ਹੈਗਾ, ਅਸੀਂ ਇਹ ਗੱਲ ਵੀ ਜਾਣਨਾ ਚਾਹਾਂਗੇ ਕਿ ਵੀ ਲੰਬਾ ਸਮਾਂ ਜਿਹੜੀ ਪੰਜਾਬ ਨੇ ਲੜਾਈਆਂ ਲੜੀਆਂ, ਜਿੱਦਾਂ ਸਰ ਗੁਰਤੇਜ ਸਿੰਘ ਦਾ ਕਹਿਣਾ ਹੈਗਾ, ਉਹਦੇ ਬਾਅਦ 'ਚ ਜਿਹੜੀਆਂ ਸੈਂਟਰ ਦੇ 'ਚ ਵੀ ਜਿਹੜੀ ਲੀਡਰਸ਼ਿਪ ਆਉਂਦੀ ਰਹੀ ਹੈ, ਪੰਜਾਬ ਨਾਲ ਜਾਤੀਆਂ ਆਉਂਦੀਆਂ ਰਹੀਆਂ, ਪਰ ਕਿਸੇ ਨੇ ਪੰਜਾਬ ਦੇ ਜ਼ਖਮਾਂ 'ਤੇ ਜਾਂ ਸਿੱਖਾਂ ਦੇ ਜ਼ਖਮਾਂ 'ਤੇ ਮਲਮ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜੇ ਆਪਾਂ ਪੰਜਾਬ ਦੀ ਗੱਲ ਛੱਡ ਦਈਏ ਤਾਂ ਦਿੱਲੀ ਦੀ ਕਰੀਏ, ਤਦ ਵੀ ਕੋਈ ਨਜ਼ਰ ਨਹੀਂ ਆਉਂਦਾ, ਤੁਸੀਂ ਕੀ ਕਹੋਗੇ? ਤੁਹਾਨੂੰ ਯਾਦ ਹੋਣਾ, ਤੁਸੀਂ ਇੱਕ ਦਿਨ ਭੁੰਦੜ ਨੂੰ ਸੱਦਿਆ ਸੀ, ਮੈਨੂੰ ਵੀ ਸੱਦਿਆ ਸੀ ਇੱਥੇ ਜੀ ਜੀ, ਅਤੇ ਭੁੰਦੜ ਨੂੰ ਮੈਂ ਇਹ ਸਵਾਲ ਕੀਤਾ ਸੀ ਵੀ ਤੁਹਾਡੇ ਕੋਲ SDPC ਵੀ, ਤੁਹਾਡੇ ਕੋਲ ਅਕਾਲ ਤਖ਼ਤ ਵੀ, ਤੁਹਾਡੇ ਕੋਲ ਸਰਕਾਰ ਵੀ ਹੈ ਜੀ, ਅਤੇ ਤੁਸੀਂ ਕੋਈ ਇਹੋ ਜਿਹਾ ਪ੍ਰੋਜੈਕਟ ਅਜੇ ਤੱਕ ਨਹੀਂ ਬਣਾ ਸਕੇ ਵੀ ਕਿੰਨੇ ਸਿੱਖ ਸ਼ਹੀਦ ਹੋਏ ਨੇ ਅਜੇ ਤੱਕ, ਦਿੱਲੀ 'ਚ ਕਿੰਨੇ ਸ਼ਹੀਦ ਹੋਏ ਨੇ, ਪੰਜਾਬ 'ਚ ਕਿੰਨੇ ਸ਼ਹੀਦ ਹੋਏ ਨੇ, ਖਾੜਕੂ ਕਿੰਨੇ ਸ਼ਹੀਦ ਹੋਏ ਨੇ, ਹੁਣ ਪੁਲਿਸ ਵਾਲੇ ਵੀ ਕਿੰਨੇ ਸ਼ਹੀਦ ਹੋਏ ਨੇ, ਤੁਸੀਂ ਇੰਨਾ ਤਾਂ ਕਰੋ ਘੱਟ ਤੋਂ ਘੱਟ, ਕਿਸੇ ਦੀ ਸਾਰ ਹੀ ਨਹੀਂ, ਤੁਸੀਂ ਕਿਸੇ ਦੇ ਨਾ ਸੋਚਿਆ ਹੀ ਨਹੀਂ
ਇਸ ਪਾਸੇ ਨਹੀਂ ਜੀ ਡਾਕਟਰ ਸਾਹਿਬ ਅਸੀਂ ਕਰ ਰਹੇ ਹਾਂ ਜੀ ਪ੍ਰੋਜੈਕਟ ਬਣਾ ਰਹੇ ਹਾਂ ਜੀ ਅਸੀਂ ਕਰ ਰਹੇ ਹਾਂ ਜੀ ਮੇਰੇ ਸਾਹਮਣੇ ਤੋਂ ਇਹ ਕਹਿ ਗਿਆ ਪਰ ਉਸ ਤੋਂ ਬਾਅਦ ਜਿਹੜਾ ਕੁਛ ਹੋਇਆ ਜਿਹੜਾ ਕੁਛ ਹੋਣਾ ਹੈ ਉਹ ਆਪਾਂ ਨੂੰ ਦੱਸਦਾ ਜੀ ਇਹਨਾਂ ਨੂੰ ਕੁਛ ਨਹੀਂ ਕਰਨ ਇਹ ਤਾਂ ਖਤਮ ਕਰਨਾ ਚਾਹੁੰਦੇ ਨੇ ਜੀ ਜੀ ਉਹ ਸਾਰਾ ਪੇਪਰ ਹੀ ਖਤਮ ਕਰਨਾ ਚਾਹੁੰਦੇ ਜੀ ਇਹ ਕੁਸ਼ਚਨ ਬੜਾ ਵਾਰ ਵਾਰ ਉੱਠਦਾ ਹੈ ਬਾਅਦ 'ਚ ਜਿੱਦਾਂ ਸਾਗਰ ਤੇਜ ਸਿੰਘ ਦਾ ਕਹਿਣਾ ਕਿ ਰਵਾਇਤੀ ਲੀਡਰਸ਼ਿਪ ਹੀ ਇਸ ਗੱਲ ਨੂੰ ਆਪਣੇ ਤਰੀਕੇ ਨਾਲ ਪੇਸ਼ ਕਰਦੀ ਹੈ ਗੱਲ ਨੂੰ ਕਿ ਵੀ ਪੰਜਾਬ ਦੇ ਜ਼ਖਮਾਂ 'ਤੇ ਕਿਸੇ ਨੇ ਮਲਮ ਨਹੀਂ ਲਈ ਕਿ ਗੱਲ ਉੱਠਦੀ ਰਹੀ ਹੈ ਕਿ ਵੀ ਪੰਜਾਬ ਨਾਲ ਆਜ਼ਾਦੀ ਹੁੰਦੀ ਹੈ ਸਮਾਂ ਵੀ ਸਾਡੇ ਕੋਲ ਘੱਟ ਹੈ ਸੰਖੇਪ 'ਚ ਅਸੀਂ ਤੁਹਾਡੇ ਕੋਲ ਜਵਾਬ ਲੈਣਾ ਚਾਹਾਂਗੇ ਜਿਹੜੀ ਸਪੈਸ਼ਲੀ ਪੰਜਾਬ ਦੇ ਵਿੱਚ ਜਿਹੜੀ ਸਿੱਖ ਕੌਮ ਹੈ ਜਦੋਂ ਵੋਟਾਂ ਪਾਉਣ ਆਉਂਦੀ ਹੈ ਜਿਹੜੀ ਕਾਂਗਰਸ ਪਾਰਟੀ ਨੇ ਇਹ ਓਪਰੇਸ਼ਨ ਜਿਹੜਾ ਹੈਗਾ ਕਰਵਾਇਆ ਆਰਮੀ ਫੌਜ ਦਾ ਹਮਲਾ ਕਰਵਾਇਆ ਉਹਨੂੰ ਸੱਤਾ ਦਿੱਤੀ ਦਿੱਲੀ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਕਿਉਂਕਿ ਸਿੱਖ ਇੱਕ ਫੇਸ ਲੈਂਦਾ ਉਹਦੇ 'ਤੇ ਵੀ ਵੋਟਾਂ ਪਾਤੀਆਂ ਜਦੋਂ ਇੱਕ ਸਿੱਖ ਜਰਨੈਲ ਜਦੋਂ ਉਸੇ ਫੌਜ ਦਾ ਸਿੱਖ ਇੱਕ ਜਰਨੈਲ ਬਣਦਾ ਉਹ ਸਿੱਖ ਬੜੇ ਪ੍ਰਾਊਡ ਫੀਲ ਕਰਦੇ ਨੇ ਔਰ ਜਿਹੜੀ ਰਵਾਇਤੀ ਲੀਡਰਸ਼ਿਪ ਜਿਸ ਤਰ੍ਹਾਂ ਇੱਥੇ ਅਸਟੈਬਲਿਸ਼ ਹੋ ਰਿਹਾ ਵੀ ਇੱਕ ਕੋਲੈਬੋਰੇਟਰ ਸਨ ਉਹਨਾਂ ਦੇ ਨਾਲ ਜਾ ਕੇ ਐਸੋਸੀਏਟ ਹੁੰਦੇ ਨੇ ਉਹ ਸਾਰੇ ਦਾ ਸਾਰਾ ਬਟ ਜਿਹੜੀ ਗੱਲ ਮੁੱਦੇ 'ਤੇ ਉਹੀ ਆਉਂਦੀ ਹੈ ਬਈ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਲੋਕਾਂ ਦੀਆਂ ਨੁਕਸਾਨ ਹੋਇਆ ਉਹਦੀ ਅਕਾਊਂਟੇਬਿਲਿਟੀ ਕਿਸੇ ਲੈਵਲ ਤੇ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਸਾਊਥ ਅਫਰੀਕਾ 'ਚ ਹੋਇਆ ਸੀ ਉੱਥੇ ਕਮਿਸ਼ਨ ਬੈਠੇ ਓਕੇ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਵੀ ਸਾਡੀ ਸੁਣਵਾਈ ਕੋਈ ਨਹੀਂ ਹੋਈ ਪਨੀਰ ਸਾਹਿਬ ਸਾਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਆਪਰੇਸ਼ਨ ਨੀਲਾ ਤਾਰਾ ਦੇ ਮੁੱਦੇ 'ਤੇ ਗੱਲਬਾਤ ਕੀਤੀ ਹੈ ਇਹ ਗੱਲਬਾਤ ਅਸੀਂ ਆਪਣੇ ਨਵੇਂ ਮਹਿਮਾਨਾਂ ਦੇ ਨਾਲ ਕੱਲ੍ਹ ਵੀ ਜਾਰੀ ਰੱਖਾਂਗੇ ਇਹਦੇ ਬਾਰੇ ਕੋਈ ਵੀ ਰਾਇ ਜਾਂ ਸੁਝਾਅ ਦੇਣ ਲਈ ਦਰਸ਼ਕਾਂ ਵਾਸਤੇ ਸਾਡੇ ਪ੍ਰੋਗਰਾਮ ਦਾ ਪਤਾ ਜਗਤਾਰ ਸਿੱਧੂ @ globalpunjabtv.com